ਜਿਵੇਂ ਸਾਨੂੰ ਕੋਈ ਤਕਲੀਫ ਹੈ ਜੀ ਹੁਣ ਮੈਨੂੰ ਕੋਈ ਉਰੇ ਤਕਲੀਫ ਹੈ ਅੰਦਰ ਮੈਂ ਤਾਂ ਆਪਣੇ ਪਰਿਵਾਰ ਨੂੰ ਹੀ ਬੁਲਾਉਂਗਾ ਜੀ ਘਰੋਂ ਆਪਣੇ ਮਾਂ ਬਾਪ ਨੂੰ ਭੈਣ ਭਰਾ ਨੂੰ ਸਾਰਿਆਂ ਨੂੰ ਮੈਂ ਹੀ ਆਪਣਿਆਂ ਨੂੰ ਹੀ ਬੁਲਾਉਂਗਾ ਹੁਣ ਮੈਂ ਹੁਣ ਜਿਵੇਂ ਉਹ ਮੁੰਡਾ ਹੋ ਗਿਆ ਨਾਲ ਉਹਦੇ ਭਾਈ ਭਰਜਾਈ ਉਹਨਾਂ ਦਾ ਨਾਂ ਧਰਿਆ ਹੋਇਆ ਜੀ ਸਰਪੰਚ ਨੇ ਕਹਿੰਦੇ ਵੀ ਉਹ ਮੁਲਾਜ਼ਮ ਸਾਡੇ ਘਰ ਆ ਕੇ ਦਬਾਓ ਡਾਲ ਕੇ ਗਏ ਸਾਨੂੰ ਉਹ ਕਰਕੇ ਗਏ ਉਹ ਕਰਕੇ ਗਏ ਹੁਣ ਇਹ ਦੋਸਤ ਹੈ ਚਲੋ ਦੋਸਤੀ ਹੈ ਸਾਡੀ ਇਹਨਾਂ ਦਾ ਫੋਨ ਆ ਗਿਆ ਉਰੇ ਪੋਲਟਰੀ ਫਾਰਮ ਹੈ ਜੀ ਇਹਨਾਂ ਦਾ ਅਸੀਂ ਇਹਨਾਂ ਨੂੰ ਬੁਲਾ ਲਿਆ ਵੀ ਭਾਈ ਉਰੇ ਸਰਪੰਚ ਦੇ ਘਰ ਜਾ ਰਹੇ ਹਾਂ ਅਸੀਂ ਆਪਣਾ ਮੈਂਬਰ ਬੁਲਾਇਆ ਜੀ ਬਾਹਰੋਂ ਜਾਂ ਸਰਪੰਚ ਨੇ ਸਾਡਾ ਵੀ ਕਹਿੰਦਾ ਵੀ ਸਵੇਰੇ ਗੱਲ ਕਰਾਂਗੇ ਆਪਾਂ ਉਹ ਸਵੇਰ ਦਾ ਕੀ ਮਤਲਬ ਹੈ ਸਰਪੰਚ ਦੀ ਜ਼ਿੰਮੇਵਾਰੀ ਨਹੀਂ ਇਹ ਕੋਈ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਅਸੀਂ ਚਾਰ ਚਾਰ ਦਿਨ ਅਸੀਂ ਘਰੇ ਰਹਿ ਕੇ ਆਏ ਹਾਂ ਜੀ ਮਸ਼ੀਨਾਂ ਤੋਂ ਆ ਕੇ ਚਾਰ ਚਾਰ ਦਿਨਾਂ ਬਾਅਦ ਅਸੀਂ ਚੱਕ ਕੇ ਉਰੇ ਗੇਰ 'ਤੇ ਜਾਂ ਤਾਂ ਪਹਿਲਾਂ ਸਾਨੂੰ ਘਰੇ ਨਾ ਹੀ ਜਾਣ ਦਿੰਦੇ ਉਹ ਘਰੇ ਹੁਣ ਜੇ ਬਿਮਾਰੀ ਜੇ ਬਿਮਾਰੀ ਤਾਂ ਅਸੀਂ ਘਰੇ ਵੜਿਆ ਏ ਘਰ ਦੇ ਪੂਰੇ ਮੈਂਬਰਾਂ ਨੂੰ ਬੱਚਿਆਂ ਨੂੰ ਸਾਡਿਆਂ ਨੂੰ ਸਾਰਿਆਂ ਮਿਲ ਕੇ ਆਏ ਹਾਂ ਸਭ ਨਾਲ ਹੱਥ ਟੱਚ ਵੀ ਹੋ ਗਏ ਹਾਂ ਹੁਣ ਬਿਮਾਰੀ ਤਾਂ ਜੇ ਬਿਮਾਰੀ ਵਾਲੀ ਗੱਲ ਕਰਦਾ ਸਰਪੰਚ ਹੁਣ ਉਹ ਕਿੱਥੇ ਗਈ ਜੀ ਬਿਮਾਰੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਜੀ ਵੀ ਹੁਣ ਜਦੋਂ ਅਸੀਂ ਇੰਨੇ ਦਿਨ ਚਾਰ ਚਾਰ ਪੰਜ ਪੰਜ ਦਿਨ ਘਰੇ ਲਾਇਆ ਏ ਹੁਣ ਸਾਨੂੰ ਉਰੇ ਕੈਦ ਕਰਕੇ ਬਿਠਾ ਰੱਖਿਆ ਨਾ ਕੋਈ ਸੈਨਾਟਾਈਜ਼ਰ ਚਲੋ ਠੀਕ ਹੈ ਜੋ ਸਰਕਾਰ ਪਿੱਛੋਂ ਦੇ ਰਹੀ ਹੈ ਵੀ ਹਾਂ ਜੋ ਰੂਲ ਹੈ ਉਹ ਅਸੀਂ ਪਾਲਣ ਕਰ ਰਹੇ ਹਾਂ ਉਹਦਾ ਵੀ ਸਾਨੂੰ ਕੋਈ ਸੁਵਿਧਾ ਤਾਂ ਦੇਵੇ ਉਰੇ ਕੋਈ ਹੱਥ ਧੋਣ ਨੂੰ ਬਰਤਨ ਹੈ ਸਾਡੇ ਗਲਾਸ ਹੈ ਸਿਰਫ ਇੱਕ ਪਾਣੀ ਆ ਉਹ ਵੀ ਗੰਦਾ ਉੱਪਰ ਟੈਂਕੀ 'ਚੋਂ ਉਹਦੇ ਨਾਲ ਅਸੀਂ ਗਲਾਸ ਧੋ ਕੇ ਉਸੇ ਗਲਾਸ 'ਚ ਪਾਣੀ ਪੀ ਰਹੇ ਹਾਂ ਉਹਦੇ ਕਟਾਣੂ ਚਲੇ ਗਏ ਜੀ ਕਟਾਣੂ ਤਾਂ ਉਹਦੇ ਵਿੱਚ ਹੈ ਆਪਣੀ ਆਲਰੇਡੀ ਆਸ਼ਾ ਵਰਕਰ ਹੈ ਯੂਰੀ ਦੀ ਮੈਡਮ ਹੈ ਨਰਸ ਹੈ ਜੀ ਠੀਕ ਹੈ ਜੀ ਉਹ ਸਮਝ ਲਓ ਕਿ ਡੇਟ ਨੋਟ ਕਰ ਰਹੀ ਸੀਗੀ ਸਾਰਿਆਂ ਦੀ ਵੀ ਕਿਹੜਾ ਕਿੰਨੀ ਤਰੀਕ ਨੂੰ ਜਾਂ ਘਰੇ ਪਹੁੰਚਿਆ ਸੀਗਾ ਉਸ ਹਿਸਾਬ ਨਾਲ ਅਸੀਂ 29 ਤਰੀਕ ਨੂੰ ਆਏ ਹਾਂ ਰਜਿਸਟਰ ਦੇ 1 ਤਰੀਕ ਚੜ੍ਹੀ ਹੋਈ ਹੈ ਸਾਡੀ ਠੀਕ ਹੈ ਜੀ ਜੋ 28 ਨੂੰ ਆਇਆ ਉਹਦੇ ਵੀ 1 ਤਰੀਕ ਚੜ੍ਹੀ ਹੋਈ ਹੈ ਅਸੀਂ ਕੈਬ ਰਜਿਸਟਰ ਚੈੱਕ ਕਰਾਓ ਸਾਨੂੰ 1 ਤਰੀਕ ਪਾਈ ਹੋਈ ਹੈ ਸਾਰਿਆਂ ਦੀ ਅਤੇ 5 ਮਹੀਨਾ ਪਾਇਆ ਹੋਇਆ ਜਦ ਅਸੀਂ 29 ਤਰੀਕ ਨੂੰ ਆਏ ਹਾਂ ਚੌਥੇ ਮਹੀਨੇ ਦੀ ਸਾਡੇ ਘਰੇ ਬਕਾਇਦਾ ਉਹ ਵੀ ਲਾ ਰੱਖਾ ਪੋਸਟਰ 29 ਤਰੀਕ ਦਾ ਆਪਣੇ ਘਰੇ ਆਪ ਹੱਥ ਨਾਲ ਲਿਖੇ ਗਏ ਹੋਏ ਸੀਗੇ ਉਹ ਜਿੱਦਣ ਅਸੀਂ ਮਸ਼ੀਨਾਂ ਤੋਂ ਆਏ ਹਾਂ ਜੀ ਅਸੀਂ ਸਰਪੰਚ ਨੂੰ ਆਪਣੇ ਮੈਂਬਰਾਂ ਨੂੰ ਸਭ ਨੂੰ ਫੋਨ ਕਰਿਆ ਵੀ ਅਸੀਂ ਆ ਗਏ ਫਿਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਹੈਗੀ ਅਨਾਊਂਸਮੈਂਟ ਵੀ ਹੁੰਦੀ ਰਹੀ ਹੈ ਗੁਰਦੁਆਰਾ ਸਾਹਿਬ ਅਸੀਂ ਤਾਂ ਕਰਕੇ ਫੋਨ ਕਰਿਆ ਵੀ ਕਿਤੇ ਸਾਨੂੰ ਘਰੇ ਜਾਣ ਤੋਂ ਕੋਈ ਦਿੱਕਤ ਨਾ ਹੋਵੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੈਗੀ ਉਹ ਤੋਂ ਬਾਅਦ ਫਿਰ ਉੱਥੇ ਪੁਲਿਸ ਵਾਲੇ ਬੁਲਾਏ ਸੀਗੇ ਉਹਨਾਂ ਨੇ ਉਹ ਤੋਂ ਬਾਅਦ ਪੁਲਿਸ ਵਾਲਿਆਂ ਗਿਆ ਸੀਗਾ ਕਿ ਤੁਹਾਡੇ 'ਤੇ ਪਰਚਾ ਹੋ ਜੂਗਾ ਤੁਸੀਂ ਅੱਗੇ ਬੋਲੇ ਉੱਥੇ ਲੇਡੀਜ਼ ਨਾਲ ਗੱਲ ਹੋਈ ਆ ਉਹਨਾਂ ਸਾਡੇ ਕੋਲ ਫੋਨ ਆਇਆ ਸੀ ਬਾਕੀ ਉੱਥੇ ਖੜੇ ਉਹਦੇ ਨਾਲ ਗੱਲ ਕਰ ਲਓ ਇੱਕ ਵਾਰ ਉਹ ਤੁਹਾਨੂੰ ਬਾਕੀ ਉਹਨਾਂ ਨੇ ਪੂਰਾ ਰਜਿਸਟਰ ਨਹੀਂ ਸਾਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਅਤੇ ਨਾ ਹੀ ਮੋਬਾਈਲ ਦੀ ਕੋਈ ਡਿਟੇਲ ਦਿਖਾਈ ਹੈ ਕਿ ਚੰਗੀ ਤਰ੍ਹਾਂ ਮੋਬਾਈਲ ਫੜ ਲਿਆ ਸੀ ਕਹਿੰਦੇ ਬੈਟਰੀ ਡਾਊਨ ਆ ਬੈਟਰੀ ਜਦਕਿ ਫੁੱਲ ਰਿਚਾਰਜ ਸੀ ਫੋਨ ਦੀ ਠੀਕ ਹੈ ਜੀ ਠੀਕ ਹਾਂਜੀ ਬਾਕੀ ਉਹਨਾਂ ਨਾਲ ਗੱਲ ਕਰ ਲਓ ਅਵਤਾਰ ਠੀਕ ਹੈ ਕੀ ਗੱਲਬਾਤ ਹੈ ਇੱਥੇ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਜੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸੈਨਾਟਾਈਜ਼ਰ ਨਹੀਂ ਸਾਰੇ ਬੰਦੇ ਇੱਕੇ ਕਮਰੇ 'ਚ ਇਕੱਠੇ ਬੈਠੇ ਆ ਉਹੀ ਗਲਾਸ ਧੋ ਰਹੇ ਹਾਂ ਉਹੀ ਆਹ ਟੈਂਕੀ ਦੇ ਉੱਤੇ ਢੱਕਣ ਵੀ ਨਹੀਂ ਹੈਗਾ ਜਿਹੜੀ ਦਾ ਪਾਣੀ ਪੀ ਰਹੇ ਹਾਂ ਬਾਹਰ ਦੇ ਲੋਕ ਬਾਹਰ ਤੋਂ ਆਏ ਸੀ ਮੁੰਡੇ ਨਾਲ ਰੋਟੀ ਰੋਟੀ ਦੇਣ ਆਉਂਦੇ ਸੀ ਉਹਨਾਂ ਤੇ ਵੀ ਪਰਚਾ ਹੋ ਗਿਆ ਜਿਹੜੇ ਨਾਲ ਤੁਰ ਪਏ ਜਿਵੇਂ ਦਵਿੰਦਰ ਸਿੰਘ ਹੈ ਜੀ ਗੁਰਜੰਟ ਸਿੰਘ ਹੋ ਗਿਆ ਜੀ ਤੇ ਦਵਿੰਦਰ ਸਿੰਘ ਜਿਹੜੇ ਨਾਲ ਮਤਲਬ ਛਡਾਣ ਗਏ ਸੀ ਕਿਵੇਂ ਸੀ ਛਡਾਣ ਸੀ ਉਹਨਾਂ ਦੇ ਪਰਚਾ ਹੋ ਗਿਆ ਲੜਨ ਦੇ ਗੱਲ ਕਰਨ ਗਏ ਸੀ ਲੜਾਣ ਨੂੰ ਕਿਹੜਾ ਲੜਨ ਗਏ ਸੀ ਇੱਥੇ ਅੱਛਾ ਅੱਛਾ ਉਹ ਮਤਲਬ ਉਹਨਾਂ ਤੇ ਵੀ ਪਰਚਾ ਹੋ ਗਿਆ ਪਰਚਾ ਉਹਨਾਂ ਦੇ ਹੀ ਪਰਚਾ ਹੋ ਗਿਆ ਜੀ ਮੈਂ ਤੁਹਾਡਾ ਗੁਰਤੇਜ ਸਿੰਘ ਕੀ ਗੱਲਬਾਤ ਹੋਈ ਸੀ ਇਹ ਸਰ ਆਇਆ ਪਰੇਸ਼ਾਨ ਕਰਦਾ ਸਰਪੰਚ ਸਾਨੂੰ ਰਾਤ ਨੂੰ ਨਜਾਇਜ਼ ਜੀ ਫੋਨ ਕੀਤਾ ਵੀ ਇੱਥੋਂ ਬੰਦੇ ਚਲੇ ਗਏ ਜੀ ਠੀਕ ਹੈ ਪੁੱਛ ਗਿੱਛ ਕਰ ਬੰਦਿਆਂ ਦੀ ਉਹਨਾਂ ਦੇ ਕਿੱਥੇ ਕਿੱਥੇ ਨਹੀਂ ਹੈਗੇ ਕਹਿੰਦਾ ਵੀ ਸਵੇਰ ਨੂੰ ਗੱਲਬਾਤ ਕਰਾਂਗਾ ਮੈਂ ਆਪਣੇ ਬ੍ਰਦਰ ਨੂੰ ਫੋਨ ਕਰਿਆ ਅਤੇ ਆਪਣੀ ਭਰਜਾਈ ਨੂੰ ਫੋਨ ਕਰਿਆ ਤਾਂ ਮੁੰਡਾ ਫਾਰਮ 'ਚ ਆਇਆ ਹੋਇਆ ਸੀ ਸਨੌਰ ਦਾ ਗੱਡੀ ਲੈ ਕੇ ਆਇਆ ਇਹਨੂੰ ਫੋਨ ਕਰਤਾ ਵੀ ਇੱਦਾਂ ਗੱਲਬਾਤ ਆ ਕਰਦੇ ਕਰੇ ਜਲ ਸਰਪੰਚ ਨੂੰ ਜਾ ਕੇ ਆਪਾਂ ਪੁੱਛਦੇ ਹਾਂ ਕੀ ਗੱਲਬਾਤ ਆ ਕੀ ਨਹੀਂ ਹੈਗੀ ਆ ਕਹਿਣ ਲੱਗੇ ਭਰਜਾਈ ਉਹਦੀ ਲੱਗੀ ਵੀ ਹੈ ਮੁੰਡੇ ਨੂੰ ਕਹਿਣ ਲੱਗੇ ਮੀਡੀਆ 'ਚ ਲੱਗਿਆ ਵਾ ਜਾਣ ਕੇ ਨਾ ਇਹਨਾਂ ਨਜਾਇਜ਼ ਤੰਗ ਕਰਕੇ ਇਹਨਾਂ ਦੇ ਸਾਡੇ 'ਤੇ ਪਰਚਾ ਕਰਵਾਇਆ ਸਾਡੀ ਫੈਮਿਲੀ 'ਤੇ ਸਾਡੀ ਮਾਤਾ 'ਤੇ ਇਹਨਾਂ ਨੇ ਪਰੇਸ਼ਾਨ ਕੀਤਾ ਤਾ ਕੋਈ ਸੈਨਟਾਈਜ਼ਰ ਵਗੈਰਾ ਕੁਛ ਨਹੀਂ ਕਰਾਇਆ ਇਹਨਾਂ ਨੇ ਉਸ ਟਾਈਮ ਜਿਹੜੀ ਦਰਖਾਸਤ ਦਿੱਤੀ ਗਈ ਹੈ ਕਿ ਹਮਲਾ ਕਰਿਆ ਗਿਆ ਸਰਪੰਚ ਦੇ ਘਰ ਹੈ ਕੋਈ ਐਸੀ ਗੱਲ ਨਹੀਂ ਸਰ ਕੋਈ ਗੱਲ ਨਹੀਂ ਸਰਪੰਚ ਦੇ ਸਰਪੰਚ ਦੇ ਸਰਪੰਚ ਦੇ ਗੁਆਂਢੀ ਜੀ ਗੜਾਸਾ ਲੈ ਕੇ ਆਏ ਗੜਾਸਾ ਲੈ ਕੇ ਗੁਆਂਢੀ ਦੋ ਮੁੰਡੇ ਜੀ ਠੀਕ ਹੈ ਕੁਛ ਕੋਈ ਗੱਲਬਾਤ ਨਹੀਂ ਸਰਪੰਚ ਉੱਪਰ ਤੋਂ ਨੀਚੇ ਨਹੀਂ ਆਏਗਾ ਬੁਲਾਇਆ ਸਰਪੰਚ ਨੂੰ ਜੀ ਕੋਈ ਗੱਲਬਾਤ ਸਾਡੇ ਨਾਲ ਕੁਛ ਨਹੀਂ ਹੋਰ ਕੀ ਦਿੱਕਤ ਆ ਰਹੀ ਹੈ ਇੱਥੇ ਇੱਥੇ ਸਰ ਸੈਨਟਾਈਜ਼ਰ ਵਗੈਰਾ ਕੁਛ ਨਹੀਂ ਹੈਗਾ ਜੀ
ਲੈਟਰਿੰਗ ਬਾਥਰੂਮ ਦਾ ਬਹੁਤ ਬੁਰਾ ਹਾਲ ਹੈ ਜੀ। ਮੁੰਡਾ ਬਿਮਾਰ ਹੈ ਸਾਰਾ, ਟੈਂਕੀ ਦੇ ਫਟਣ ਦੀ ਹੈਗਾ ਜੀ, ਟੈਂਕੀ ਵਾਲਾ ਗੰਦਾ ਪਾਣੀ ਪੀ ਰਿਹਾ ਸੀ। ਹਾਂਜੀ, ਪਿੰਡ ਕਿਹੜਾ ਜੀ ਇਹ? ਹਾਂਜੀ ਪਿੰਡ ਖਰੜ ਦਾ। ਹਾਂਜੀ ਦੱਸੋ ਜੀ ਕੀ ਗੱਲ ਹੈ ਜੀ? ਸਾਡੇ ਨੇ ਜੀ ਅਸੀਂ ਸਰਪੰਚ ਨੂੰ ਇਹ ਕਹੇ ਵੀ ਸਾਡੇ ਬੰਦੇ ਵੀ ਮਤਲਬ ਕਿ ਕਿਉਂ ਰੱਖੇ ਵਿੱਚ ਅੰਦਰ ਸਕੂਲ ਦੇ ਵਿੱਚ, ਜਦ ਹਫਤਾ ਹਫਤਾ ਘਰੇ ਰਹਿ ਲਏ ਫਿਰ ਮਤਲਬ ਕਿ ਇਹਨਾਂ ਦਾ ਪਰਸੋਂ ਅੰਦਰ ਕਰਿਆ ਇਹ ਵੀ, ਜਦ ਬੰਦਿਆਂ ਨਾਲ ਕਿਹੜਾ ਜ਼ਿਆਦਾ ਬਿਮਾਰੀ ਫੈਲਦੇਗੀ ਤੇ ਪਰਿਵਾਰ ਨਾਲ ਵੀ, ਜਦੋਂ ਵੀ ਸਾਨੂੰ ਵੀ ਸਕੂਲ ਮਾ ਰੱਖਣਾ, ਰੋਟੀਆਂ ਢੋ ਰਹੇ ਹੁਣ ਸਾਰਾ ਕੁਛ ਕਰ ਰਹੇ, ਲੀੜਾ ਵੀ ਭਾਂਡੇ ਵੀ ਕਰਨ ਲੈ ਕੇ ਆ ਰਹੇ ਹਾਂ, ਰੋਟੀ ਵੀ ਆਪ ਕਰਦੇ ਆ, ਸਕੂਲ ਚ ਕੋਈ ਰੋਟੀ ਵੀ ਆਪ ਫੜਾਣ ਆ ਰਹੇ ਹਾਂ, ਸਾਰਾ ਕੁਛ ਅਸੀਂ ਆਪ ਕਰ ਰਹੇ ਹਾਂ, ਕੋਈ ਟੈਸਟ ਦੀ ਕੋਈ ਲੈਣਾ ਨਹੀਂ ਦੇਣਾ ਨਹੀਂ। ਜਦੋਂ ਸਰਪੰਚ ਫਿਰ ਆਉਂਦਾ ਹੀ ਇਹਨਾਂ ਨੂੰ ਸਕੂਲ ਚ ਵੜਦੇ ਹੀ ਵੀ, ਜਦੋਂ ਮਸ਼ੀਨਾਂ ਤੇ ਆਏ ਤੇ ਜਦੋਂ ਕਰੇ ਜੀ ਦੋ ਤਿੰਨ ਦਿਨ ਕਰ ਲਈਏ ਹੋ ਗਏ ਇਹਨਾਂ ਨੂੰ ਆਇਆਂ ਨੂੰ ਜੀ। ਬਾਕੀ ਆਸ਼ਾ ਵਰਕਰ ਵਾਲੀਆਂ ਸਾਡੇ ਨਾਲ ਧੋਖਾ ਕਰ ਗਈਆਂ, ਤਰੀਕਾਂ ਗਲਤ ਪਾ ਗਈਆਂ ਜੀ ਉਹ। ਅੱਜ ਵੀ ਇੱਕ ਬੰਦਾ ਸਵੇਰ ਦਾ ਅੰਦਰ ਬੁਖਾਰ ਨਾਲ ਪਿਆ ਜੀ, ਅਜੇ ਤੱਕ ਸਰਪੰਚ ਇੱਕ ਵਾਰ ਵੀ ਉਹਦੀ ਖਬਰ ਲੈਣ ਨਹੀਂ ਆਇਆ। ਮੁੰਡਿਆਂ ਨੇ ਵੀਡੀਓ ਬਣਾ ਕੇ ਵੀਡੀਓ ਵੀ ਦਿਖਾਤੀ ਸਰਪੰਚ ਤੱਕ, ਵੀਡੀਓ ਵੀ ਸ਼ਾਇਦ ਪਹੁੰਚ ਗਈ ਹੋਣੀ, ਮੈਨੂੰ ਨਹੀਂ ਪਤਾ ਪਹੁੰਚੀ ਨਹੀਂ ਪਹੁੰਚੀ, ਪਰ 3 ਘੰਟੇ ਪਹਿਲਾਂ ਵੀਡੀਓ ਇਹ ਹੋਲੀ, ਉਸ ਤੋਂ ਬਾਅਦ ਵੀ ਕੋਈ ਹਜੇ ਤੱਕ ਇੱਥੇ ਨਹੀਂ ਆਇਆ ਹੈਗਾ। ਉਹ ਬੰਦਾ ਹਜੇ ਵੀ ਅੰਦਰ ਪਿਆ ਜੀ, ਇਹਨਾਂ ਦੇ ਕਮਰੇ 'ਚ ਪਿਆ ਜੀ, ਉਹਨੂੰ ਕੁਛ ਹੋਇਆ ਤੇ ਇਹਨਾਂ ਨੂੰ ਕੁਛ ਹੋ ਗਿਆ, ਇਸਦਾ ਜ਼ਿੰਮੇਵਾਰ ਵੀ ਫਿਰ ਸਰਪੰਚ ਹੀ ਹੋਏਗਾ। ਸਾਨੂੰ ਕੋਈ ਬਿਮਾਰੀ ਫੈਲਦੀ ਇਹਦਾ ਜ਼ਿੰਮੇਵਾਰ ਸਰਪੰਚ ਹੈ। ਅੱਛਾ, ਜਿਹੜੇ ਬੰਦੇ ਇੱਥੋਂ ਰਾਤ ਨੂੰ ਬਾਹਰ ਗਏ ਆ ਜੀ, ਜੇ ਉਹ ਵੀ ਉਹਨਾਂ ਤੋਂ ਕਿਸੇ ਨੂੰ ਬਿਮਾਰੀ ਫੈਲੀ ਹੈ ਪਿੰਡ 'ਚ ਫੈਲੇਗੀ, ਤਾਂ ਉਹਦੇ ਜ਼ਿੰਮੇਦਾਰ ਵੀ ਜਾਂ ਉਹ ਬੰਦੇ ਹੋਏਗੇ ਜਾਂ ਫਿਰ ਸਕੂਲ 'ਚੋਂ ਕੱਢਣ ਵਾਲਾ ਹੋਏਗਾ ਜੀ, ਜਾਂ ਉਹਨਾਂ ਨੂੰ ਅਲੱਗ ਰੱਖ ਦਿਓ ਜੀ। ਕੀ ਨਾਮ ਹੈ ਤੁਹਾਡਾ? ਸਰਪੰਚ ਸਾਹਿਬ ਨੇ ਅਨਾਊਂਸਮੈਂਟ ਕਰੀ ਹੈ। ਨਾਮ ਕੀ ਹੈ ਤੁਹਾਡਾ? ਜਗਜੀਤ ਸਿੰਘ ਸਾਬਕਾ ਮੈਂਬਰ। ਅੱਛਾ ਅੱਛਾ, ਕੀ ਗੱਲ? ਅਨਾਊਂਸਮੈਂਟ ਇਹ ਕਰੀ ਸੀ ਵੀ ਜਿੰਨੇ ਵੀ ਬਾਹਰ ਤੋਂ ਵਰਕਰ ਆਉਣਗੇ ਉਹ ਸਕੂਲ ਦੇ ਵਿੱਚ ਪਹੁੰਚ ਜਾਣਗੇ। ਉਹ ਸਕੂਲ 'ਚ ਪਹੁੰਚ ਗਏ, ਇਹ ਅਨਾਊਂਸਮੈਂਟ ਕਰੀ ਵੀ ਉੱਥੇ ਮੰਜੇ ਬਿਸਤਰੇ ਖਾਣਾ ਦਾਣਾ ਹਰ ਇੱਕ ਤਰ੍ਹਾਂ ਦਾ ਮੇਰੇ ਘਰ ਤੋਂ ਪ੍ਰਬੰਧ ਹੈ। ਜਦ ਕਿ ਲੇਕਿਨ ਤੁਸੀਂ ਆਪ ਦੇਖ ਸਕਦੇ ਹੋ ਵੀ ਇਹਦੇ ਵਿੱਚ ਕੀ ਚੀਜ਼ ਹੈ, ਰੋਟੀ ਇਹਨਾਂ ਨੂੰ ਕੌਣ ਖਿਲਾਉਂਦਾ, ਚਾਹ ਇਹਨਾਂ ਨੂੰ ਕੌਣ ਪਿਲਾਉਂਦਾ, ਪਾਣੀ ਇਹਨਾਂ ਨੂੰ ਕੌਣ ਦੇ ਕੇ ਜਾਂਦਾ, ਨਹੀਂ ਟੈਂਕੀਆਂ ਦੇਖੋ ਉੱਪਰ ਜਾ ਕੇ ਇਹਨਾਂ ਦੇ ਬਾਥਰੂਮ ਦੇਖੋ ਵੀ ਕੀ ਕੁਛ ਅੰਦਰ। ਜੀ ਸਰ ਕੀ ਨਾਮ ਹੈ ਤੁਹਾਡਾ? ਭਾਜੀ ਮੇਰਾ ਗੁਰਦੀਪ ਸਿੰਘ ਸਰ। ਕਿਹੜਾ ਪਿੰਡ ਹੈ ਜੀ? ਸਰ ਭਾਂਖਰ। ਕੀ ਗੱਲਬਾਤ ਹੋਈ ਸੀ ਜੀ? ਸਰ ਮੇਰੇ ਬ੍ਰਦਰ ਮਸ਼ੀਨ ਤੋਂ ਆਏ ਸੀ ਗੁਰਦੀਪ ਸਿੰਘ, ਜਿਹਨੂੰ ਇਕਾਂਤ ਵਾਸਤੇ ਰੱਖਿਆ ਗਿਆ ਸੀ। ਠੀਕ ਹੈ ਜੀ। ਪਿੰਡ ਭਾਂਖਰ ਦੇ ਸਰਕਾਰੀ ਕੰਟਰੀ ਸਕੂਲ 'ਚ। ਠੀਕ ਹੈ। ਉਹਨਾਂ ਦਾ ਸਾਡੇ ਕੋਲ ਮੈਕਸੀਮਮ 10 ਵਜੇ ਫੋਨ ਆਇਆ ਸੀ ਘਰ ਸੀ ਕਿ ਐਵੇਂ ਕਰਕੇ ਨਾ ਤਾਂ ਸਰਪੰਚ ਦੇ ਜਿਹੜੇ ਮੇਨ ਬੰਦੇ ਨੇ ਉਹ ਘਰ ਪਹੁੰਚਾ ਦਿੱਤੇ ਸਰਪੰਚ ਨੇ, ਅਤੇ ਬਾਕੀ ਅਸੀਂ ਜਿਹੜੇ ਰਹਿ ਗਏ ਹੈਗੇ ਆ ਨੋਰਮਲ ਘਰਾਂ ਤੋਂ ਬੈਂਕਿਆਂ ਤੋਂ ਜਾਂ ਜਿਹੜੇ ਗਰੀਬ ਬੰਦੇ ਉਹਨਾਂ ਨੇ ਸਾਨੂੰ ਇੱਥੇ ਰੱਖ ਲਿਆ। ਸਾਨੂੰ ਇੱਥੇ ਰੱਖਣ ਤੋਂ ਬਾਅਦ ਸਾਡੀ ਨਾ ਕੋਈ ਇੱਥੇ ਕੋਈ ਸੈਨੀਟਾਈਜ਼ਰ ਦਿੱਤਾ ਸਾਨੂੰ, ਕੋਈ ਨਾ ਸਾਬਣ, ਨਾ ਸਾਡੇ ਕੋਈ ਇੱਥੇ ਕੋਈ ਪੁੱਛ ਰਿਹਾ ਕਿ ਤੁਸੀਂ ਕੀ ਕਰਨਾ। ਉਹਨਾਂ ਨੇ ਸਰਪੰਚ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਸਰਪੰਚ ਨੇ ਉਹਨਾਂ ਨਾਲ ਕੋਈ ਗੱਲ ਨਹੀਂ, ਮੇਰੀ ਸਰਪੰਚ ਸਾਹਿਬ ਨਾਲ ਗੱਲ ਹੋਈ ਕਿ ਸਰਪੰਚ ਸਾਹਿਬ ਐਵੇਂ ਕਰਕੇ ਬੰਦੇ ਉੱਥੇ ਉਹਦੇ 'ਚ ਨੇ ਪ੍ਰੋਬਲਮ 'ਚ ਨਹੀਂ ਜਾ ਕੇ ਪੁੱਛੋ, ਆਪਣਾ ਫਰਜ਼ ਬਣਦਾ ਹੈਗਾ। ਇੱਕ ਆਪਾਂ ਕੋਵਿਡ-19 ਨਾਲ ਲੜਦੇ ਪਏ ਹਾਂ, ਪੂਰਾ ਸੰਸਾਰ ਲੜਦਾ ਪਿਆ, ਹਰ ਇੱਕ ਇਨਸਾਨ ਦਾ ਬਣਦਾ ਕਿ ਅਸੀਂ ਆਪਾਂ ਇਸ ਨਾਲ ਕੋਪਰੇਟ ਹੋ ਕੇ ਚੱਲੀਏ, ਹਰ ਇੱਕ ਪ੍ਰਸ਼ਾਸਨ ਨਾਲ ਚੱਲੀਏ ਆਪਾਂ। ਚਲੋ ਜੀ, ਪ੍ਰਸ਼ਾਸਨ ਤੋਂ ਮੈਂ 100 ਨੰਬਰ 'ਤੇ ਗੱਲ ਮੇਰੀ ਹੋਈ ਹੈ ਅਤੇ 100 ਨੰਬਰ ਤੋਂ ਮੈਨੂੰ ਮੇਜਰ ਸਿੰਘ ASC ਦਾ ਗੱਲ ਹੋਈ ਹੈ, ਅਤੇ ਉਹਨਾਂ ਨੂੰ ਵੀ ਮੈਂ ਉਹਨਾਂ ਦੇ ਧਿਆਨ ਵਿੱਚ ਵੀ ਲਿਆ ਕਿ ਐਵੇਂ ਕਰਕੇ ਸਰ ਅਸੀਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਗਿਆ ਕਿ ਉਹ ਸਾਡੀ ਕੋਈ ਗੱਲ ਨਹੀਂ ਸੁਣਦਾ ਪਿਆ, ਨਾ ਸਾਡੇ ਕੋਲ ਆਉਂਦਾ ਪਿਆ। ਚਲੋ ਜੀ, ਮੇਜਰ ਸਿੰਘ ਕਰੇ, ਚਲੋ ਠੀਕ ਹੈ, ਅਸੀਂ ਦੇਖਦੇ ਹਾਂ ਜਿਵੇਂ ਵੀ ਹੁੰਦਾ ਤੁਹਾਨੂੰ ਦੱਸਦੇ ਹਾਂ। ਉਹ ਤੋਂ ਬਾਅਦ ਸਰ ਕੀ ਹੋਇਆ ਕਿ ਜਿਹੜੇ ਸਾਡੇ ਏਕਤਾ ਵਾਸ 'ਚ ਮੁੰਡੇ ਸੀ ਰੱਖੇ ਹੋਏ, ਉਹ ਇੰਨੇ ਕੁ ਪਰੇਸ਼ਾਨ ਸੀ ਉਹ ਕਰੇ ਕਿ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰਨੀ ਹੈ ਘਰ ਜਾ ਕੇ। ਚਲੋ ਜੀ, ਉਹ ਸਾਰੇ ਮੁੰਡੇ ਘਰ ਚਲੇ ਗਏ, ਜਦੋਂ ਘਰ ਚਲੇ ਗਏ ਸਾਨੂੰ ਇਹ ਸੀ ਵੀ ਪਤਾ ਨਹੀਂ ਉੱਥੇ ਕੀ ਵੀ, ਅਸੀਂ ਵੀ ਜਾ ਕੇ ਗੱਲ ਕਰੀਏ। ਜਦੋਂ ਮੁੰਡੇ ਗੱਲ ਕਰ ਰਹੇ ਸੀ ਤਾਂ ਸਰਪੰਚ ਸਾਹਿਬ ਦੇ 2 ਬੰਦੇ ਆਏ ਨੇ ਜਿਨ੍ਹਾਂ ਕੋਲ ਡਾਂਗਾ ਸੀ, ਇਹ ਵੀਡੀਓ ਵੀ ਹੈਗੀ ਹੈ, ਗੰਡਾ ਸੀ ਲੈ ਕੇ ਆਏ ਸੀ। ਸਰਪੰਚ ਸਾਹਿਬ ਨੇ ਗੱਲ ਤਾਂ ਜਿਹੜੀ ਕਰਨੀ ਸੀ ਉਲਟਾ ਸਾਡੇ ਨਾਲ, ਯਾਨੀ ਕਿ ਸਾਡੇ ਨਾਲ ਇੱਕ ਸਮਝਾਉਣ ਦੇ ਬਜਾਏ ਸਾਡੇ ਨਾਲ ਇੱਕ ਝਗੜਬਾਜ਼ੀ ਸਟਾਰਟ ਕਰਤੀ। ਅਸੀਂ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਤੁਸੀਂ ਦੇਖੋ, ਤੁਸੀਂ ਪਿੰਡ ਦੇ ਮੋਹਤਬਰ ਬੰਦੇ ਹੋ, ਤੁਹਾਡਾ ਫਰਜ਼ ਬਣਦਾ ਰਾਤ ਨੂੰ 1 ਵਜੇ ਵੀ ਆਉਂਗੇ 2 ਵਜੇ ਵੀ ਆਉਂਗੇ, ਜਦੋਂ ਇਸ ਨਾਲ ਇਸ ਲੜਾਈ 'ਚ ਸਾਰੀ ਸੰਸਾਰ ਚੱਲੋ ਆਪਾਂ ਕਿਉਂ ਨਹੀਂ ਖੜਾਂਗੇ ਆ ਕੇ ਨਾਲ। ਉਹ ਤੋਂ ਬਾਅਦ ਸਰਪੰਚ ਸਾਹਿਬ ਨੇ ਸਾਨੂੰ ਸਾਡੇ ਉਹਦੇ ਵਿਰੁੱਧ ਯਾਨੀ ਕਿ ਆਪਣੇ ਸਨੋਠਣ SHO ਸਾਹਿਬ ਨੂੰ ਉਹਨਾਂ ਨੂੰ ਯਾਨੀ ਇਤਲਾਹ ਕੀਤੀ ਹੈ, ਸ਼ਾਮ ਨੂੰ ਸਾਡੇ 'ਤੇ ਪਰਚਾ ਕਰਾਇਆ ਗਿਆ ਅਤੇ ਜਿਹੜੇ ਬੰਦੇ 'ਤੇ ਪਰਚਾ ਹੋਇਆ ਬਿਲਕੁਲ ਨਜਾਇਜ਼ ਕੀਤਾ ਗਿਆ। ਇੱਕ ਉਹਨਾਂ ਦੇ ਰੂਲ ਹੈਗੇ, ਇੱਕ ਮੇਰੀ ਵਾਈਫ ਨੇ, ਅਸੀਂ ਪਟਿਆਲੇ ਰਹਿੰਦੇ ਹੈਗੇ, ਮੇਰੀ ਵਾਈਫ ਹੈਗੇ ਨੇ, ਅਸੀਂ ਸੋਸ਼ਲ ਵਰਕਰ ਦਾ ਕੰਮ ਕਰਦੇ ਹੈਗੇ ਮੇਰੀ ਵਾਈਫ,
ਤੇ ਉਸ ਤੋਂ ਬਾਅਦ ਮੇਰੀ ਵਾਈਫ ਤੇ ਇੱਕ ਇਲਜ਼ਾਮ ਲਾਇਆ ਗਿਆ ਕਿ ਇਹਨਾਂ ਦੀ ਵਾਈਫ ਪੁਲਿਸ ਮੁਲਾਜ਼ਮ ਹੈ, ਜਾਣ ਕੇ ਸਾਨੂੰ ਬਦਨਾਮ ਕਰਨ ਵਾਸਤੇ। ਮੇਰੀ ਵਾਈਫ ਦਾ ਆਈਡੀ ਦੇਖੋ, ਜੇ ਮੇਰੀ ਵਾਈਫ ਪੁਲਿਸ ਮੁਲਾਜ਼ਮ ਹੁੰਦੀ ਅਸੀਂ ਸਨਾਓ ਥਾਣੇ 'ਚ ਇਤਲਾਹ ਦੇ ਕੇ ਆਉਣੀ ਸੀ ਕਿ ਸਾਡੇ ਨਾਲ ਐਵੇਂ ਹੁੰਦਾ ਪਿਆ। ਮੁਲਾਜ਼ਮ ਦਾ ਤਾਂ ਹਰ ਇੱਕ ਦਾ ਹੱਕ ਬਣਦਾ ਕਿ ਮੁਲਾਜ਼ਮ ਜਾ ਕੇ ਪੁਲਿਸ ਨਾਲ ਸਪੋਰਟ ਕਰੇ, ਫਿਰ ਉਹ ਅਸੀਂ ਜੇ ਮੁਲਾਜ਼ਮ ਹੁੰਦੇ ਤਾਂ ਫਿਰ ਉਹ ਸਾਨੂੰ ਟੈਂਸ਼ਨ ਕਾਹਦੀ ਸੀ, ਅਸੀਂ ਪੁਲਿਸ ਨੂੰ ਜਾਂਦੇ ਜਾਂ ਇਤਲਾਹ ਕਰਦੇ। ਮੈਂ ਆਪਣੀ ਵਾਈਫ ਨੂੰ ਕਹਿੰਦਾ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਮੇਰੀ ਵਾਈਫ 'ਤੇ ਕਿ ਇਹ ਪੁਲਿਸ 'ਚ ਨੇ ਵੀ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ, ਬਿਲਕੁਲ ਗਲਤ ਨੇ। ਮੈਂ ਕਹਿੰਦਾ ਜੀ ਇਹਦਾ ਇਨਸਾਫ਼ ਮਿਲਿਆ ਜਾਵੇ, ਕਿਉਂਕਿ ਇਨਸਾਫ਼ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਹੁਣ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਏਕਤਾ ਵਾਸ 'ਚ ਮੁੰਡੇ ਕੀ ਕਰਦੇ ਪਏ ਨੇ, ਉੱਥੇ ਕਿਹੋ ਜਿਹੀ ਸਥਿਤੀ ਹੈਗੀ ਹੈ। ਬਿਲਕੁਲ ਬਾਥਰੂਮ ਗੰਦੇ ਨੇ, ਕੋਈ ਉਹਨਾਂ ਕੋਲ ਦਵਾਈ ਨਹੀਂ, ਕੋਈ ਮਾਸਕ ਨਹੀਂ ਹੈਗਾ, ਉਹ ਬੱਚੇ ਤਾਂ ਆਪ ਬਿਮਾਰ ਹੋਣੇ ਨੇ। ਰਹੀ ਗੱਲ ਸਾਡੇ 'ਤੇ ਜਿਹੜਾ ਗਲਤ ਪਰਚਾ ਕੀਤਾ ਗਿਆ, ਬਹੁਤ ਜ਼ਿਆਦਾ ਨਜਾਇਜ਼ ਕੀਤਾ ਗਿਆ ਹੈਗਾ। ਅਸੀਂ ਪ੍ਰਸ਼ਾਸਨ ਨੂੰ, ਮੀਡੀਆ ਨੂੰ ਇੱਕ ਹੀ ਕਹਾਂਗੇ, ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ, ਜੋ ਬਣਦੀ ਕਾਰਵਾਈ ਉਹ ਕਰੇ, ਸਾਨੂੰ ਉਹ ਕੋਈ ਪ੍ਰੋਬਲਮ ਨਹੀਂ। ਕਿਸੇ ਨਾਲ ਅਸੀਂ ਲੜੇ ਨਹੀਂ ਹੈਗੇ, ਕਿਸੇ ਨਾਲ ਝਗੜੇ ਨਹੀਂ ਹੈਗੇ। ਇੱਕ ਅਕੋਰਡਿੰਗ ਅਸੀਂ ਸਰਪੰਚ ਦੇ ਨਾਲ ਗੱਲ ਕਰਨ ਗਏ ਸੀ ਕਿ ਦੱਸੋ ਸਰਪੰਚ ਸਾਹਿਬ ਆਪੇ ਹੋ ਕੀ ਰਿਹਾ ਹੈਗਾ, ਵੀ ਬਾਕੀ ਬੰਦੇ ਘਰ ਜਾ ਰਹੇ ਨੇ, ਫਿਰ ਇਹ ਚਾਰ ਦਿਨ ਹੋ ਗਏ ਆਪਣੇ ਘਰ ਆਏ ਮੁੰਡੇ, ਇਹ ਕਿਉਂ ਨਹੀਂ ਆਪਣੇ ਘਰ ਹੈਗੇ? ਜਾਂ ਤਾਂ ਸਾਰਿਆਂ ਨੂੰ ਬੁਲਾਇਆ ਜਾਵੇ, ਇਹਨਾਂ ਦੇ ਪਰਿਵਾਰ 'ਚ ਵੀ ਕਰੋਨਾ ਫੈਲ ਸਕਦਾ ਜੇ ਚਾਰ ਦਿਨ ਹੋ ਗਏ। ਪਹਿਲਾ ਨੰਬਰ ਤਾਂ ਇੱਕ ਇਸ਼ੂ ਬਣਦਾ ਸੀ, ਜਿਹੜੇ ਮਸ਼ੀਨ ਲੋਸਮੈਂਟ ਹੋਈ ਸੀ, ਕਿ ਜਿਹੜਾ ਬੰਦਾ ਬਾਹਰ ਤੋਂ ਆਵੇ ਉਹਨੂੰ ਸਿੱਧੇ ਸਕੂਲ 'ਚ ਏਕਤਾ ਵਾਸ 'ਚ ਰੱਖਿਆ ਜਾਵੇ, ਉਹਨੂੰ ਘਰ ਨਹੀਂ ਜਾਣ ਦੇਣਾ ਚਾਹੀਦਾ ਸੀ। ਚਲੋ ਉਹ ਵੀ ਮੰਨਦੇ ਹਾਂ ਆਪਾਂ, ਪ੍ਰਸ਼ਾਸਨ ਨੇ ਕਿਹਾ ਹਜੇ ਤਾਂ ਆਪਾਂ ਨੂੰ ਮੰਨਣੀਆਂ ਪੈਣੀਆਂ, ਇਹਨਾਂ ਨੇ ਏਕਤਾ ਵਾਸ ਕਰਨਾ ਪੈਣਾ ਸੀ। ਏਕਤਾ ਵਾਸ ਕਰਨ ਦੇ ਬਾਅਦ ਵੀ ਜੇ ਕੋਈ ਪ੍ਰੋਬਲਮ ਆਉਂਦੀ ਸੀ, ਸਰਪੰਚ ਦਾ ਫਰਜ਼ ਬਣਦਾ ਸੀ ਜਾ ਕੇ ਉਹਨੂੰ ਸਾਂਭਣਾ। ਹੁਣ ਸਰਪੰਚ ਸਾਹਿਬ ਕਰੇ, ਅਸੀਂ ਸਰਪੰਚ ਸਾਹਿਬ ਨੇ ਕੋਈ ਚਾਹ ਨਹੀਂ ਦਿੱਤੀ, ਕੋਈ ਦੁੱਧ ਨਹੀਂ ਪੁੱਛਿਆ, ਕੋਈ ਕੁਛ ਨਹੀਂ ਪੁੱਛਿਆ, ਕਿਉਂਕਿ ਬੰਦਾ ਬਿਮਾਰ ਹੈ, ਉਹਨੂੰ ਚਾਹ ਵੀ ਦੇਣੀ ਹੈਗੀ ਹੈ, ਕੁਛ ਵੀ ਹੋਸਪਿਟਲ 'ਚ ਜੇ ਆਪਾਂ ਫੈਸਿਲਿਟੀ ਦੇਵਾਂਗੇ ਤਾਂ ਹੀ ਆਪਾਂ ਇਸ ਲੜਾਈ ਨਾਲ ਲੜ ਪਾਵਾਂਗੇ, ਐਵੇਂ ਕਿਵੇਂ ਲੜਾਂਗੇ? ਜੇ ਬਾਈ ਚਾਂਸ ਬੰਦੇ ਨੂੰ ਕਿਸੇ ਤੋਂ ਕੋਈ ਬਿਮਾਰੀ ਉੱਥੋਂ ਹੀ ਫੈਲ ਜਾਏ ਤਾਂ ਉੱਥੇ ਕੋਈ ਬੰਦਾ ਧਿਆਨ ਦੇਵੇ, ਕੋਈ ਮਾਸਕ ਦੇਵੇ। ਅੱਜ ਮੋਰਨਿੰਗ ਤੋਂ ਇੱਕ ਬੰਦਾ ਉੱਥੇ ਬਿਮਾਰ ਪਿਆ, ਜਾਣੀ ਕਿ ਉੱਥੇ ਜਾ ਕੇ ਕਿਸੇ ਨੇ ਕੋਈ ਹਾਲ ਨਹੀਂ ਪੁੱਛਿਆ, ਕੋਈ ਉਹਦਾ ਝਾਲ ਨਹੀਂ ਪੁੱਛਿਆ ਹੈਗਾ ਜਾ ਕੇ। ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤਾ ਜਾਵੇ ਕਿ ਇੱਕ ਤਾਂ ਇਹ ਪਰਚਾ ਗਲਤ ਜਿਹੜਾ ਹੋਇਆ ਹੈਗਾ, ਇਹਨੂੰ ਕੈਂਸਲ ਕੀਤਾ ਜਾਵੇ, ਇਹਦੀ ਕਾਰਵਾਈ ਹੋਵੇ। ਇੱਕ ਜਿਹੜਾ ਮੇਰੀ ਵਾਈਫ ਤਾਂ ਸਰਪੰਚ ਸਾਹਿਬ ਨੇ ਇਲਜ਼ਾਮ ਲਾਇਆ ਕਿ ਉਹਦੀ ਵਾਈਫ ਪੁਲਿਸ 'ਚ ਹੈ, ਜਾਣ ਕੇ ਇੱਕ ਬਦਨਾਮ ਕੀਤਾ ਜਾ ਰਿਹਾ ਸਾਨੂੰ ਮੀਡੀਆ ਦੇ ਜਾਂ ਸਾਨੂੰ ਕਿਤੇ ਵੀ ਇਹਨੇ, ਉਹਦੀ ਅਸੀਂ ਇਹਦੀ ਪੂਰੀ ਜਾਂਚ ਕੀਤੀ ਜਾਵੇ। ਇਹਨੇ ਸਾਡੇ 'ਤੇ ਇਲਜ਼ਾਮ ਲਾਏ ਨੇ ਕਿ ਇਹਦੀ ਵਾਈਫ ਪੁਲਿਸ 'ਚ, ਅਸੀਂ ਕਾਰਵਾਈ ਕਰਾਂਗੇ ਜਾਂ ਇਹ ਕਰਾਂਗੇ ਕਿ ਉਹਨੇ ਗੁੰਡਾਗਰਦੀ ਕੀਤੀ ਹੈਗੀ ਆ। ਅਤੇ ਗੁੰਡਾਗਰਦੀ ਵਾਲੀ ਗੱਲ ਹੈ, ਕੋਈ ਪਿੰਡ 'ਚ ਇੱਕ ਬੰਦਾ ਕਹਿ ਰਿਹਾ ਕਿ ਸਾਡੀ ਮੇਰੀ ਵਾਈਫ ਵਰਦੀ ਪਾ ਕੇ, ਜੇ ਸਾਡੀ ਵਾਈਫ ਹੁੰਦੀ ਤਾਂ ਫਿਰ ਪੁਲਿਸ ਵਰਦੀ 'ਚ ਆਉਣਾ ਸੀ, ਸਿਵਲ 'ਚ ਕੌਣ ਆਉਂਦਾ ਹੈਗਾ? ਸਾਡੇ ਕੋਈ ਆਈਡੀ ਕਾਰਡ ਹੋਣਾ ਚਾਹੀਦਾ ਸੀ, ਅਸੀਂ ਪੁਲਿਸ ਨੂੰ ਵੀ ਗੱਲ ਕਰ ਸਕਦੇ ਸੀ। ਜੇ ਮੈਂ ਮੇਜਰ ਸਿੰਘ ASC ਨਾਲ ਗੱਲ ਕਰ ਸਕਦਾ ਕਿ ਸਰ ਤੁਸੀਂ ਇੱਥੇ ਆ ਕੇ ਉਹ ਸੁਣੋ, ਮੈਂ ਉਹਨੂੰ ਇਹ ਵੀ ਕਹਿ ਸਕਦਾ ਕਿ ਸਰ ਸਾਡਾ ਵੀ ਕੋਈ ਮੁਲਾਜ਼ਮ ਹੈ, ਹਾਂ ਮੇਰਾ ਬ੍ਰਦਰ ਹੈਗਾ ਇੱਕ ਮੁਲਾਜ਼ਮ ਹੈਗਾ, ਮੇਰੇ ਬ੍ਰਦਰ ਜਿਹੜੇ ਮੁਲਾਜ਼ਮ ਨੇ ਉਹ ਆਰਮੀ 'ਚ ਨੇ, ਉਹ ਆਰਮੀ 'ਚ ਮੁਲਾਜ਼ਮ ਜ਼ਰੂਰ ਨੇ, ਮੇਰੀ ਫੈਮਿਲੀ ਮੈਂਬਰ ਮੇਰਾ ਵੱਡਾ ਬ੍ਰਦਰ ਹੈਗਾ, ਪਰ ਮੇਰੀ ਵਾਈਫ ਕੋਈ ਨਹੀਂ ਸੀ। ਉਹਨਾਂ ਨੇ ਜਾਣ ਕੇ ਸਾਨੂੰ ਬਦਨਾਮ ਕਰਨ ਵਾਸਤੇ ਇੱਕ ਇਹਨਾਂ ਨੇ ਸਟੈਪ ਚੱਕੇ ਹੈਗਾ ਕਿ ਇਹਨਾਂ ਨੂੰ, ਯਾਨੀ ਕਿ ਇਹਨਾਂ ਨੂੰ ਨੀਚ ਦਿਖਾਈ ਜਾਵੇ ਕਿ ਇਹਨਾਂ ਦੇ ਵਿਰੁੱਧ ਕਾਰਵਾਈ ਕਰਾਈਏ ਵੱਧ ਤੋਂ ਵੱਧ। ਇਹ ਸਭ ਤੋਂ ਜ਼ਿਆਦਾ ਇਹਨਾਂ ਦੇ ਦਿਲ 'ਚ ਇਹ ਗੱਲ ਹੈਗੀ ਹੈ। ਬਾਕੀ ਸਰਪੰਚ ਸਾਹਿਬ ਨਾਲ ਅੱਜ ਤੱਕ ਅਸੀਂ ਕੋਈ ਕਹਿ ਦੇ ਪਿੰਡ 'ਚ ਆ ਕੇ ਸਰਪੰਚ ਨਾਲ ਸਾਡੀ ਕੋਈ ਗੱਲਬਾਤ ਨਹੀਂ ਸੀ, ਕਦੀ ਵੀ ਅਸੀਂ ਸਰਪੰਚ ਨਾਲ ਨਾ ਬੋਲੇ ਨਾ ਅਸੀਂ ਸਰਪੰਚ ਨਾਲ ਕਦੀ ਲੜਾਈ, ਕੋਈ ਇੱਕ ਹੁੰਦੀ ਹੈ ਪਾਰਟੀ ਬਾਜ਼ੀ, ਸਾਡੇ ਨਾਲ ਕੋਈ ਸਰਪੰਚ ਨਾਲ ਕੋਈ ਪਹਿਲਾਂ ਪਾਰਟੀ ਬਾਜ਼ੀ ਲੜੀ। ਸੈਕਿੰਡ ਨੰਬਰ ਮੇਰੇ ਬ੍ਰਦਰ ਇੱਕ ਸਨੌਰ ਤੋਂ ਨੇ, ਜਿਨ੍ਹਾਂ ਦਾ ਅਸੀਂ ਪਾਰਟਨਰਸ਼ਿਪ 'ਚ ਕੰਮ ਕਰਦੇ ਹਾਂ, ਸਾਡਾ ਪੋਲਟਰੀ ਫਾਰਮ ਹੈਗਾ। ਉਹ ਅਚਾਨਕ ਉੱਥੇ ਆਪਣਾ ਰਾਸ਼ਨ ਦੇਣ ਗਏ ਸੀ, ਫੀਡ ਪੁਆਇੰਟ ਫਾਰਮ 'ਤੇ ਜਾਂਦੇ ਨੇ ਡੇਲੀ ਸ਼ਾਮ ਨੂੰ, ਉਹ ਆਉਂਦੇ ਹੋਏ ਉੱਥੇ 10:30 ਦਾ ਟਾਈਮ ਸੀ, ਉਹਨਾਂ ਨੂੰ ਫੋਨ ਕੀਤਾ ਮੈਂ ਕਿ ਬ੍ਰਦਰ MMA ਕਰਕੇ ਇੱਥੇ ਗੱਲ ਹੋਈ ਹੈਗੀ ਆ ਅਤੇ ਆਪਾਂ ਆਓ ਮਾੜੇ ਗੱਲ ਕਰ ਲਈ ਇਹਨੇ ਸਰਪੰਚ ਸਾਹਿਬ, ਅਤੇ ਉਦੋਂ ਸਰਪੰਚ ਸਾਹਿਬ ਉੱਥੇ ਸਾਡੀ ਗੱਡੀ ਖੜੀ ਸੀ, ਜਿੱਥੇ ਗੱਡੀ ਖੜੀ ਅਤੇ ਸਰਪੰਚ ਨੇ ਫੋਟੋ ਖਿੱਚ ਕੇ ਗੱਡੀ ਦਾ ਨੰਬਰ ਦਿੱਤਾ। ਭਾਈ ਦੋਸਤੋ, ਇੱਕ ਬੰਦਾ, ਚਲੋ ਇੱਕ ਇਨਸਾਨੀਅਤ ਤੌਰ 'ਤੇ ਇੱਕ ਇਨਸਾਨ ਹਰ ਇੱਕ ਨਾਲ ਆ ਕੇ ਖੜ ਸਕਦਾ, ਪਰ ਇਹ ਥੋੜ੍ਹੀ ਕਿ ਉਹਦੇ ਫੋਟੋ ਖਿੱਚ ਕੇ ਉਹ ਕਰ ਲਓ, ਭਾਜੀ ਰੋਡ 'ਤੇ ਖੜੀ ਗੱਡੀ ਦੀ ਤਾਂ ਹਰ ਇੱਕ ਕੋਈ ਫੋਟੋ ਖਿੱਚ ਸਕਦਾ। ਬਾਕੀ ਸਾਡੇ ਕੋਲ ਵੀਡੀਓਜ਼ ਵੀ ਨੇ ਕੀ ਸਰਪੰਚ ਨੇ ਕੀਤਾ ਹੈਗਾ। ਅਸੀਂ ਕੋਈ ਕਹਦੇ ਵੀ ਅਸੀਂ ਸਰਪੰਚ ਨੂੰ ਧੱਕਾ ਮਾਰਿਆ ਸਾਡੀ ਵੀਡੀਓ 'ਚ, ਅਜੇ ਸਰਪੰਚ ਨੂੰ ਅਸੀਂ ਟੱਚ ਕੀਤਾ, ਸਰਪੰਚ ਨਾਲ ਬੋਲੇ ਹਾਂ, ਉਹਨਾਂ ਦੀ ਲੜਕੀ ਕੋਲ ਪੂਰੀ ਵੀਡੀਓ ਦੇਖੋ, ਸਾਨੂੰ ਇਹ ਨਹੀਂ ਹੈਗਾ ਕਿ ਨਹੀਂ। ਚਲੋ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਜ਼ਰੂਰ ਕੀਤੀ ਜਾਵੇ, ਭਾਵੇਂ ਅਸੀਂ ਗਲਤ ਤਾਂ ਸਾਡੇ ਵਿਰੁੱਧ ਕੀਤੀ ਜਾਵੇ, ਨੋ ਪ੍ਰੋਬਲਮ। ਪਰ ਇਹ ਹੈਗਾ ਕਿ ਸਰਪੰਚ, ਇਹ ਨਹੀਂ ਹੈਗਾ ਕਿ ਸਰਪੰਚ ਹੈਗੇ ਜੇ ਪਿੰਡ ਦਾ ਮੋਹਤਵਰ ਇਨਸਾਨ ਹੈਗੇ ਆ, ਸਰਪੰਚ ਉਹਨੂੰ ਚੁਣਿਆ ਗਿਆ ਵੋਟਾਂ ਪਾ ਕੇ, ਉਹਦਾ ਫਰਜ਼ ਬਣਦਾ ਉਹਦਾ ਦਿਨ ਰਾਤ ਉੱਥੇ ਜਾ ਕੇ ਦੇਖਣ ਦਾ, ਹਰ ਇੱਕ ਗੱਲ ਕਰਨ ਦਾ। ਉਹਨਾਂ ਨੂੰ ਸਵੇਰੇ ਜਾ ਕੇ ਮੋਰਨਿੰਗ ਜਾ ਕੇ ਪੁੱਛੋ ਕਿ ਸਾਰੇ ਪਿੰਡ ਦੇ ਜੋ ਵੀ ਬੰਦੇ ਨੇ ਵੀ ਕਿਵੇਂ ਹੋ, ਤੁਹਾਡਾ ਕੀ